ਸਬ ਡਿਵੀਜ਼ਨ ਜਲਾਲਾਬਾਦ ਦੇ ਅਧੀਨ ਥਾਣਾ ਅਮੀਰ ਖਾਸ ਦੇ ਪਿੰਡ ਚੱਕ ਸੈਦੋ ਦੇ ਵਿਖੇ ਇੱਕ ਵਾਰ ਫਿਰ ਸਮਾਜ ਨੂੰ ਸ਼ਰਮਸ਼ਾਰ ਕਰਨ ਵਾਲੀ ਮਦਭਾਗੀ ਘਟਨਾ ਵਾਪਰਨ ਦੀ ਜਾਣਕਾਰੀ ਮਿਲੀ ਹੈ। ਪਿੰਡ ਚੱਕ ਸੈਦੋ ਦੇ ਵਿਖੇ ਇੱਕ ਚਾਚੀ ਨੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਆਪਣੀ 3 ਮਹੀਨੇ ਦੀ ਜੇਠ ਦੀ ਮਾਸੂਮ ਬੱਚੀ ਨੂੰ ਜ਼ਿੰਦਾ ਜ਼ਮੀਨ ਵਿੱਚ ਦੱਬਿਆ ਅਤੇ ਫਿਰ ਉਸ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਫਲੱਸ਼ ਵਾਲੀ ਖੂਹ ਵਿੱਚ ਸੁੱਟ ਦਿੱਤੀ। ਮ੍ਰਿਤਕ ਬੱਚੀ ਮਹਿਕਪ੍ਰੀਤ ਦੀ ਮਾਤਾ ਅਮਨਦੀਪ ਕੌਰ ਨੇ ਦੱਸਿਆ ਕਿ ਬੁੱਧਵਾਰ ਨੂੰ ਉਹ ਸਵੇਰੇ ਕਿਸੇ ਕੰਮ ਲਈ ਬੈਂਕ ਗਈ ਸੀ ਅਤੇ ਆਪਣੀ 3 ਮਹੀਨੇ ਦੀ ਬੇਟੀ ਮਹਿਕਪ੍ਰੀਤ ਨੂੰ ਗੁਆਂਢੀਆਂ ਦੇ ਘਰ ਫੜਾ ਕੇ ਗਈ। ਉਸ ਨੇ ਦੱਸਿਆ ਕਿ ਮੇਰੀ ਘਰ 'ਚ ਮੌਜੂਦ ਨਾ ਹੋਣ ਦਾ ਫਾਇਦਾ ਚੁੱਕ ਕੇ ਮੇਰੀ ਦਰਾਣੀ ਸੁਖਪ੍ਰੀਤ ਕੌਰ ਨੇ ਮੇਰੇ ਬੇਟੇ ਨੂੰ ਭੇਜ ਕੇ ਗੁਆਂਢੀਆਂ ਦੇ ਘਰੋਂ ਬੱਚੀ ਨੂੰ ਮੰਗਵਾਇਆ ਅਤੇ ਉਸ ਨੂੰ ਜ਼ਿੰਦਾ ਜ਼ਮੀਨ ਵਿੱਚ ਦੱਬ ਦਿੱਤਾ ਅਤੇ ਅਸੀਂ ਸਾਰਾ ਦਿਨ ਬੱਚੀ ਦੀ ਭਾਲ ਕਰਦੇ ਰਹੇ ਲੇਕਿਨ ਬੱਚੀ ਨਹੀਂ ਲੱਭੀ। ਉਸ ਨੇ ਕਿਹਾ ਕਿ ਅੱਜ ਸਵੇਰੇ ਸੁਖਪ੍ਰੀਤ ਕੌਰ ਨੇ ਹੀ ਆ ਕੇ ਦੱਸਿਆ ਕਿ ਬੱਚੀ ਦੀ ਲਾਸ਼ ਖੂਹ ਵਿੱਚ ਪਈ ਹੈ ਅਤੇ ਮੈਂ ਜੰਗਲ ਪਾਣੀ ਜਾਂਦੇ ਸਮੇਂ ਉਸ ਲਾਸ਼ ਨੂੰ ਦੇਖਿਆ ਹੈ। ਮ੍ਰਿਤਕ ਲੜਕੀ ਦੀ ਮਾਂ ਨੇ ਦੱਸਿਆ ਕਿ ਉਸ ਦੀ ਦਰਾਣੀ ਨੇ ਹੀ ਉਸ ਨੂੰ ਪਹਿਲਾਂ ਜ਼ਮੀਨ ਵਿੱਚ ਦੱਬ ਦਿੱਤਾ ਅਤੇ ਰੌਲਾ ਸੁਣ ਕੇ ਸਵੇਰੇ ਉਸ ਦੀ ਲਾਸ਼ ਨੂੰ ਜ਼ਮੀਨ ਵਿੱਚੋਂ ਕੱਢ ਕੇ ਖੂਹ ਵਿੱਚ ਸੁੱਟ ਦਿੱਤਾ। ਲੜਕੀ ਦੀ ਮਾਂ ਨੇ ਦੱਸਿਆ ਕਿ ਉਸ ਦੀ ਦਰਾਣੀ ਸੁਖਪ੍ਰੀਤ ਕੌਰ ਅਤੇ ਮੇਰੇ ਭਤੀਜੇ ਨਾਲ ਨਾਜਾਇਜ਼ ਸੰਬੰਧ ਸਨ ਅਤੇ ਜਿਸ ਨੇ ਪਹਿਲਾਂ ਵੀ ਸਾਡੇ ਘਰ ਨੂੰ ਅੱਗ ਲਾ ਕੇ ਸਾਰਾ ਸਮਾਨ ਸਾੜ ਦਿੱਤਾ ਅਤੇ ਪੰਚਾਇਤੀ 'ਤੇ ਮਾਮਲਾ ਪਿੰਡ 'ਚ ਹੀ ਨਿਬੇੜ ਦਿੱਤਾ ਅਤੇ ਉਕਤ ਔਰਤ ਨੂੰ ਉਸ ਦੇ ਨਾਲ ਰੰਜਿਸ਼ ਰੱਖਦੀ ਆ ਰਹੀ ਸੀ ਜਿਸ ਕਾਰਨ ਉਸ ਨੇ ਉਸ ਦੀ ਬੇਟੀ ਨੂੰ ਮੌਤ ਦੇ ਘਾਟ ਉਤਾਰਿਆ ਹੈ। ਉੱਧਰ ਘਟਨਾ ਦੀ ਸੂਚਨਾ ਮਿਲਦੇ ਹੀ DSP ਬਲਵਿੰਦਰ ਸਿੰਘ, ਥਾਣਾ ਅਮੀਰ ਖਾਸ ਦੇ SH ਬਲਵੀਰ ਸਿੰਘ, ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ। ਇਸ ਮਾਮਲੇ ਸੰਬੰਧੀ ਜਦੋਂ DSP ਜਲਾਲਾਬਾਦ ਬਲਵਿੰਦਰ ਸਿੰਘ ਸੰਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਦੋਸ਼ੀ ਸੁਖਪ੍ਰੀਤ ਕੌਰ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਹੀ ਉਸ ਨੂੰ ਫੜ ਲਿਆ ਜਾਵੇਗਾ। ਫਿਰੋਜ਼ਪੁਰ ਤੋਂ ਗੁਰਪ੍ਰੀਤ ਸਿੰਘ ਭੁੱਲਰ ਦੀ ਰਿਪੋਰਟ। ਇਹ ਵੀ ਘਟਨਾ ਵਾਪਰੀ ਜੀ, ਉਹਨੇ ਗੁੜੀਆ ਮੇਰੀ ਮਾਰੀ ਚੁੱਕੀ ਗਈ ਹੈ। ਕੌਣ ਸੀਗੇ ਜੀ ਤੁਹਾਡੀ? ਜੀ ਮੇਰੀ ਦਰਾਣੀ ਸੀ ਜੀ। ਹਾਂਜੀ, ਕਾਰਨ ਕੀ ਰਿਹਾ ਜੀ ਕਿਉਂ ਚੁੱਕੀ? ਜੀ ਉਹਨੇ ਕਾਰਨ ਪਤਾ ਹੈ ਵੀ ਮੇਰੇ ਭਤੀਜੇ ਨਾਲ ਭੱਜਦੀ ਸੀ ਜੀ, ਮੈਂ ਭੱਜਣ ਨਹੀਂ ਦਿੱਤੀ ਜੀ। ਉਹਨੇ ਮੇਰੇ ਨਾਲ ਆਹ ਦੁਸ਼ਮਣੀ ਕੱਢੀ ਹੈ ਜੀ, 3 ਵਾਰੀ ਮੇਰੇ ਉਹਨੇ ਅੱਗ ਲਗਾਈ। ਕਦੋਂ ਤੋਂ ਕੁੜੀ ਉਹਨੇ ਇਹ ਕੀਤਾ ਜੀ, ਕੋਈ ਸੀ ਜਾਂ ਕੀ ਕੀਤਾ ਉਹਨੇ? ਜੀ ਉਹਨੇ 12:30 ਜੀ ਮੇਰੇ ਗਵਾਂਢੀਆਂ ਦੇ ਘਰੇ ਮੈਂ ਪਾ ਕੇ ਗਈ ਸੀਗੀ, ਮੈਂ ਬੈਂਕ 'ਚ ਜਾਵੜੀ ਜੀ, ਉਹਨੇ ਗਵਾਂਢੀਆਂ ਦੇ ਘਰੋਂ 11:30 ਮੰਗਾ ਲਈ ਆਪਦੇ ਕੋਲ। ਮੁੜ ਕੇ ਜੀ ਮੇਰੇ ਕੋਲ ਗੁੜੀਆ ਨਹੀਂ ਪਹੁੰਚੀ ਗੀ। ਮੁੰਡੇ ਨੂੰ ਮੇਰੇ ਤੋਂ ਛੋਟੇ ਦਾ ਜੀ ਨਾਂ ਲੈਂਦੀ ਆ, ਕਹਿੰਦੇ ਜੀ ਮੈਂ ਉਸ ਬੱਚੇ ਨੂੰ ਪੜ੍ਹਾਈ ਆ, ਬੱਚਾ ਜੀ ਮੇਰਾ ਆਉਂਦਾ ਵੀ ਮੈਂ ਨਹੀਂ ਲੈ ਕੇ ਗਿਆ ਆਪਦੀ ਮਾਂ ਕੋਲ ਜੀ। ਉਹਨੇ ਮੁੜ ਕੇ ਵੀ ਇਹ ਨਹੀਂ ਜੀ, ਉਹਨੇ ਮਾਰ ਚੁੱਕੀ ਹੈ ਮੇਰੀ ਗੁੜੀਆ। ਕੀ ਕਿੱਦਾਂ ਤੁਹਾਨੂੰ ਕਿੱਦਾਂ ਪਤਾ ਲੱਗਾ ਕਿੱਥੇ ਮਾਰ ਕੇ ਕਿੱਥੇ ਰੱਖਿਆ ਸੀਗਾ ਜੀ? ਉਹ ਸਾਨੂੰ ਇੱਦਾਂ ਪਤਾ ਲੱਗਿਆ ਵੀ ਸਾਨੂੰ ਆਉਂਦੀ ਮੈਂ ਪਲੱਛ 'ਚ ਕੁੜੀ ਡਿੱਗ ਪਈ ਹੋਣੀ ਮੁੰਡੇ ਤੋਂ, ਅਸੀਂ ਪਲੱਛ 'ਚ ਕੱਲ੍ਹ ਵੇਖੀ ਨਾ ਸਾਨੂੰ ਮਿਲੀ। ਮੁੜ ਕੇ ਉਦੋਂ ਬਾਅਦ ਅਸੀਂ ਜਦੋਂ ਸਾਰਿਆਂ ਨੇ ਸਾਡੇ ਮੈਂਬਰ ਸਰਪੰਚਾਂ ਨੇ ਵੇਖੀ ਨਹੀਂ ਮਿਲੀ, ਮੁੜ ਕੇ ਸਾਨੂੰ ਤੜਕੇ ਉਹਨੇ ਆਪ ਹੀ ਦੱਸਿਆ ਵੀ ਕਹਿੰਦੀ ਵੀ ਉਹਦੇ ਪੈਰ ਦਿਸੀ ਜਾਂਦੇ ਆ ਜੀ। ਅੱਜ ਮੇਰੇ ਦਿਓਰ ਨੂੰ ਦੱਸਿਆ ਜੀ, ਮੇਰੇ ਦਿਓਰ ਨੇ ਜੀ ਕਸਦੀ ਨਾ ਕੱਢੀ ਕਿ ਫਲੱਸ਼ ਵਾਲੀ ਖੋਈ ਚੱਡੀ ਗਈ ਸੀ। ਹਾਂ ਜੀ ਹਾਂ, ਨਹੀਂ ਜੀ ਦੂਜੀ ਜਿਹੜੀ ਆਪਣੇ ਮੁੰਡੇ ਵਾਲੀ ਜੀ ਜੀ ਕੱਚੀ ਹੋਈ ਜੀ ਜੀ। ਮਾਰਿਆ ਕਿਸ ਤਰੀਕੇ ਨਾਲ ਉਹਨੇ ਜੀ? ਉਹ ਜਿਉਂਦੀ ਨੱਪਤੀ ਜੀ, ਦੋਆ ਨੱਪ ਕੇ ਮੁੜ ਕੇ ਜੀ ਤੜਕੇ 4 ਵਜੇ ਪਲੱਛ 'ਚ ਸਿੱਟ ਦਿੱਤੀ ਆਪ ਹੀ ਜੀ ਉਹਨੇ ਨਵਾਈ। ਪਹਿਲਾਂ ਵੀ ਉਹਨੇ ਕੋਈ ਐਵੇਂ ਜੀ ਹਰਕਤ ਕੀਤੀ ਹੈ ਜੀ? ਉਹਨੇ ਪਹਿਲਾਂ ਹਰਕਤ ਕੀਤੀ, ਪਹਿਲਾਂ ਜੀ ਉਹਨੇ ਮੇਰੇ 3 ਵਾਰੀ ਅੱਗ ਲਗਾਈ ਹੈ। ਹਾਂਜੀ, ਪੁਲਿਸ ਨੂੰ ਸ਼ਿਕਾਇਤ ਉਦੋਂ ਕੀਤੀ ਸੀ ਕਿ ਤੁਹਾਡੇ ਨਹੀਂ ਜੀ? ਉਦੋਂ ਸਾਡੇ ਮੈਂਬਰਾਂ ਸਰਪੰਚਾਂ ਨੇ ਪਿੰਡ ਹੀ ਨਵੇੜਤਾ ਸੀਗਾ ਜੀ। ਉਦੋਂ ਆਪਦੇ ਮੁੰਡੇ ਦੀ ਸਹੁੰ ਚੁੱਕ ਗਈ, ਕਹਿੰਦੀ ਵੀ ਮੈਂ ਆਪਦੀ ਮੁੰਡੇ ਦੀ ਸਹੁੰ ਲੱਗੇ ਵੀ ਮੈਂ ਅੱਗ ਨਹੀਂ ਲਾਈ ਜੀ, ਅਸੀਂ ਉਦੋਂ ਤਾਂ ਕਰਕੇ ਨਵੇੜਾ ਨੇੜੀ ਕਰ ਲਿਆ। ਠੀਕ ਹੈ ਜੀ, ਇਹੋ ਹੀ ਆ ਜੀ। ਕੱਲ੍ਹ ਤਾਂ ਉਹ ਕਹਿੰਦੀ ਕੁੱਤਾ ਲੈ ਗਿਆ, ਹੁਣ ਮੁੰਡੇ ਨੂੰ ਫੜਾਤੀ ਸੀ, ਕੁੱਤਾ ਲੈ ਗਿਆ ਕੁੜੀ। ਅਸੀਂ ਪਿੰਡ ਭਾਲਦੇ ਫਿਰੇ ਆਸੇ ਪਾਸੇ, ਨਹੀਂ ਮਿਲੀ। ਅਤੇ ਅੱਜ ਸੁਬਾਹ ਉਹਨੇ ਆਪਣੇ ਆਪ ਹੀ ਦੱਸਤਾ ਵੀ ਮੈਂ ਮਾਰੀ ਆ, ਜਾਂਦੀ ਨੱਪੀ ਆ ਅਤੇ ਨੱਪ ਕੇ ਅਤੇ ਸੁਬਾਹ 4 ਵਜੇ ਵੀ ਮੈਂ ਖੂਹ 'ਚ ਸੈ। ਬੱਚੀ ਦੀ ਕੀ ਰਿਸ਼ਤੇਦਾਰੀ ਪੈਂਦੀ ਜੀ? ਉਸ ਚਾਚੀ ਆ ਜੀ ਜੀ ਜੀ। ਹਾਂਜੀ, ਕੀ ਕਾਰਨ ਕੀ ਲੱਗਦਾ ਕਿਸ ਕਾਰਨ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ? ਇਹਨੇ ਇਹੋ ਹੀ ਘਟਨਾ ਜਿਹੜੀ ਕੁੜੀ ਨੇ ਦੱਸ ਦਿੱਤੀ ਹੈ ਜੀ ਜੀ। ਹਾਂ, ਵੀ ਉਹ ਸਾਡੇ ਮੇਰੇ ਦਿਓਰ ਦਾ ਮੁੰਡਾ ਸੀ ਜਿਹਦੇ ਨਾਲ ਭੱਜਣਾ ਚਾਹੁੰਦੀ ਸੀ, ਅਤੇ ਇਹ ਕੁੜੀ ਮੇਰੀ ਨਨਾਣ ਆ, ਮਾਮੇ ਸਹੁਰੇ ਦੀ ਕੁੜੀ। ਅਤੇ ਇਹਨੇ ਰੋਕਿਆ ਵੀ ਮੇਰੇ ਦਿਓਰ ਦਾ ਘਰ ਵੀ ਉੱਜੜੂਗਾ, ਮੇਰਾ ਵੀ ਉੱਜੜੂਗਾ, ਅਤੇ ਨਾਲ ਤੇਰਾ ਤਾਂ ਉੱਜੜਨਾ ਹੀ ਉੱਜੜਨਾ, ਵੀ ਮੈਂ ਇਹ ਗੱਲ ਨਹੀਂ ਹੋਣ ਦੇਣੀ। ਇਸ ਗੱਲ ਪਿੱਛੇ ਇਹਨੇ ਕੁੜੀ ਮਾਰੀ। ਬੱਚੀ ਦੀ ਕਿੰਨੀ ਉਮਰ ਹੈ ਜੀ? 3 ਮਹੀਨਿਆਂ ਦੀ। 3 ਮਹੀਨਿਆਂ ਦੀ। ਅਤੇ ਫਿਰ ਤੁਸੀਂ ਉੱਥੇ ਮੌਕੇ 'ਤੇ ਕੋਈ ਪੁਲਿਸ ਨੂੰ ਬੁਲਾਇਆ ਜੀ? ਨਹੀਂ ਬੁਲਾਇਆ ਜੀ, ਇਹਨਾਂ ਦੇ ਘਰਦਿਆਂ ਨੇ ਹੀ ਰੋਕਤਾ, ਕਹਿੰਦੇ ਵੀ
ਬਾਅਦ ਵਿੱਚ ਪੁਲਿਸ ਨੂੰ ਦੱਸਾਂਗੇ ਆਪਾਂ ਨੂੰ ਕਿਤੋਂ ਕੋਈ ਆਪਾਂ ਨੂੰ ਸਬੂਤ ਮਿਲਿਆ ਜੀ ਜੀ ਤਾਂ ਅੱਜ ਸਵੇਰ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਬੱਚੀ ਵਿੱਚ ਹੈ ਹਾਂਜੀ ਅੱਛਾ ਜੀ ਉਹ ਸਵੇਰ ਤੁਸੀਂ ਥਾਣੇ ਆਏ ਹੋ ਜੀ ਹਾਂਜੀ ਹਾਂਜੀ ਥਾਣੇ ਵਾਲਿਆਂ ਨੇ ਤੁਹਾਡੇ ਨਾਲ ਕੀ ਗੱਲਬਾਤ ਕੀਤੀ ਜਾਣ ਤੋਂ ਬਾਅਦ ਉਹਨਾਂ ਨੇ ਜੀ ਉਹ ਤੋਂ ਸਬੂਤ ਲਿਆ ਉਹਦੇ ਬਿਆਨ ਲਏ ਆ ਫਿਰ ਉਹਨੇ ਜਦੋਂ ਕੋਈ ਦੋ ਚਾਰ ਚਪੇੜੇ ਹੀ ਮਾਰਿਆ ਤਾਂ ਮੰਨ ਗਈ ਅੱਛਾ ਜੀ ਹਾਂਜੀ ਮੈਂ ਹੀ ਮਾਰੀ ਜੀ ਔਰਤ ਦਾ ਕੀ ਨਾਮ ਹੈ ਜੀ ਜਿੰਨੇ ਮਾ ਸੁਖਜੀਤ ਕੌਰ ਪਤੀ ਦਾ ਕੀ ਨਾਮ ਹੁੰਦਾ ਸੁਖਪ੍ਰੀਤ ਨਿੱਕਾ ਹਲਵੀਰ ਸਿੰਘ ਨਿੱਕਾ ਤੁਹਾਡੀ ਹੁਣ ਮੰਗ ਕੀ ਹੈ ਜੀ ਜੀ ਉਹ ਕਰੇ ਤਾਂ ਕਰੀ ਸਜ਼ਾ ਮਿਲਣੀ ਚਾਹੀਦੀ ਆ ਜੀ ਉਹਨੂੰ ਉਹ ਜਨਾਨੀ ਕਿਸੇ ਦਾ ਕੋਈ ਕਸੂਰ ਨਹੀਂ ਨਾ ਨਿੱਕੇ ਦਾ ਕਸੂਰ ਆ ਇੱਕ ਮਿੰਟ ਬਾਈ ਜੀ ਜੀ ਹਾਂਜੀ ਕਿਸੇ ਦਾ ਕੋਈ ਕਸੂਰ ਨਹੀਂਗਾ ਉਹ ਕੱਲੀ ਹੈਗੀ ਆ ਵੀ ਇਹ ਕਸੂਰਵਾਰ ਉਹਨੇ ਬੱਚੀ ਮਾਰੀ ਆ ਜਿੰਨੀ ਵੀ ਦੁਰਘਟਨਾ ਕੀਤੀ ਉਹਨੇ ਕੱਲੀ ਨਹੀਂ ਕੀਤੀ ਆ ਜੀ ਸਜ਼ਾ ਮਿਲਣੀ ਚਾਹੀਦੀ ਵੱਧ ਤੋਂ ਵੱਧ ਜੀ ਕਿਉਂ ਸੂਮ ਬੱਚੇ ਦਾ ਕੀ ਸੀ ਉਹਨੂੰ ਕਿਉਂ ਮਾਰਿਆ ਕਿਸੇ ਦੇ ਤਕੜੇ ਦੇ ਮਾਰਦੀ ਠੀਕ ਆ ਅਸੀਂ ਰਿਪੋਰਟ ਕੀਤੀ ਪੁਲਿਸ ਨੂੰ ਇਹਨਾਂ ਤੋਂ ਪਤਾ ਨਹੀਂ ਸੀ ਬੱਚੀ ਇਹ ਪਹਿਲਾਂ ਵੀ ਦੱਸ ਰਹੇ ਆ ਵੀ ਹਾਂਜੀ ਇਹ ਪਹਿਲਾਂ ਵੀ ਦੱਸ ਰਹੇ ਆ ਵੀ ਉਹਨੇ ਆਗੂ ਗਲਾਈ ਸੀ ਕੋਈ ਇਹੋ ਜਿਹੀ ਵਾਰਦਾਤ ਕੀਤੀ ਸੀ ਤੇ ਉਦੋਂ ਫਿਰ ਤੁਸੀਂ ਸਾਡੇ ਬਾਰੇ ਕੋਈ ਰਿਪੋਰਟ ਨਹੀਂ ਗਈ ਦੀ ਵੀ ਇੰਨਾ ਕੁਝ ਕਰ ਚੁੱਕੀ ਇਹ ਵੀ ਸਾਡੇ ਨਾਲ ਅੱਗ ਲਾ ਚੁੱਕੀ ਇਹ ਸਾਨੂੰ ਕੋਈ ਰਿਪੋਰਟ ਨਹੀਂ ਆਈ ਦੀ ਇਹਦੀ ਅੱਜ ਰਿਪੋਰਟ ਮਿਲੀ ਆ ਅੱਜ ਅਸੀਂ ਚੁਕਵਾਤੀ ਹੈ ਕੀ ਮਾਮਲਾ ਪੂਰੀ ਕੀ ਗੱਲਬਾਤ ਸੀ ਕਿਉਂ ਇੱਕ 3 ਮਹੀਨੇ ਦੀ ਬੱਚੀ ਨੂੰ ਇਸ ਤਰ੍ਹਾਂ ਨਾਲ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਇਹ ਥਾਣਾ ਮੀਖਾ ਚ ਚੈੱਕ ਸੈਲੇ ਕੇ ਪਿੰਡ ਹੈਗਾ ਉੱਥੋਂ ਦੀ ਇੱਕ ਅਮਨਦੀਪ ਕੌਰ ਵਾਈਫ ਆਫ ਦੇਵੀਲਾਲ ਹੈਗੀ ਆ ਜਿਹਦੇ 5 ਬੱਚੇ ਸੀ ਉਹ 5 ਜੋ ਇੱਕ 3 ਮਹੀਨੇ ਦੀ ਬੱਚੀ ਸੀਗੀ ਮਹਿਕਦੀਪ ਇਹਦੇ ਘਰ ਦੇ ਬਿਲਕੁਲ ਸਾਹਮਣੇ ਮਹਿਕਦੀਪ ਦੀ ਚਾਚੀ ਸੁਖਪ੍ਰੀਤ ਕੌਰ ਵਾਈਫ ਆਫ ਬਲਵੀਰ ਸਿੰਘ ਰਹਿੰਦੀ ਹੈ ਜਿਹਦੇ ਨਾਲ ਇਹ ਮਹਿਕਦੀਪ ਦੀ ਮਾਂ ਅਮਨਦੀਪ ਕੌਰ ਅਤੇ ਜਸਪ੍ਰੀਤ ਸੁਖਪ੍ਰੀਤ ਇਹਨਾਂ ਦੇ ਆਪਸ ਵਿੱਚ ਮੰਨਦੀ ਨਹੀਂ ਸੀ ਕਾਫੀ ਇਹਨਾਂ ਦਾ ਲੜਾਈ ਝਗੜਾ ਰਹਿੰਦਾ ਸੀਗਾ ਪਹਿਲਾਂ ਵੀ 2-3 ਵਾਰੀ ਇਹਨਾਂ ਦੀ ਕੋਈ ਆਗੂ ਦਾ ਇਹਨਾਂ ਦਾ ਪਿੰਡ 'ਚ ਰੌਲਾ ਪਿਆ ਉਹ ਕੱਲ੍ਹ ਸ਼ਾਮ ਨੂੰ ਅੱਗੇ ਦੀ ਦੌਰਾਨ ਜਿਹੜੀ ਉਹਨਾਂ ਦੀ ਗੁਆਂਢਣ ਹੈਗੀ ਹੈ ਉਹ ਬੱਚੀ ਨੂੰ ਆਮ ਤੌਰ 'ਤੇ ਖਿਡਾਉਣ ਲੈ ਜਾਂਦੀ ਸੀ ਕਿ ਉਹਦੇ ਬੱਚਾ ਨਹੀਂ ਹੈਗਾ ਅਤੇ ਇਹਦੀ ਮਾਂ ਜਿਹੜੀ ਹੈਗੀ ਹੈ ਲੜਕੀ ਦੀ ਮਹਿਕਦੀਪ ਦੀ ਬਾਹਰ ਕੰਮ ਕਰਨ ਨੂੰ ਚਲੇ ਜਾਂਦੀ ਸੀ ਉਹ ਬਾਹਰ ਗਈ ਹੋਈ ਸੀ ਅਤੇ ਪਿੱਛੋਂ ਇਹਦੀ ਬੇਟੀ ਛੋਟੀ ਜਿਹੜੀ ਸੀਗੀ ਉਹਨੂੰ ਇਹਦੀ ਚਾਚੀ ਨੇ ਜਿਹੜੀ ਅਕਿਊਜ਼ ਹੈਗੀ ਇਸ ਮੁਕੱਦਮੇ ਦੀ ਉਹਨੇ ਉਹਨੂੰ ਕਿਹਾ ਵੀ ਇਹਨੂੰ ਤੂੰ ਮੇਰੇ ਘਰ ਲਿਆ ਉਹ ਉਹਦੇ ਘਰ ਲੈ ਗਈ ਉਹਦੇ ਘਰ ਲਿਜਾਣ ਤੋਂ ਬਾਅਦ ਫਿਰ ਉਹ ਸ਼ਾਮ ਨੂੰ ਕਾਫੀ ਭਾਲ ਕਰਦੇ ਰਹੇ ਅਤੇ ਉਹਦਾ ਸਭ ਪਤਾ ਨਹੀਂ ਲੱਗਾ ਵੀ ਉਹ ਕਿੱਥੇ ਗਈ ਕਾਫੀ ਲੋਕਾਂ ਨੇ ਫਿਰ ਉੱਥੇ ਉਹਦੇ ਘਰ ਦੀ ਸਰਚ ਕੀਤੀ ਈਵਨ ਜਿਹੜੀ ਇਹਦੇ ਘਰ ਦੇ ਵਿੱਚ ਇੱਕ ਖੂਹੀ ਬਣੀ ਹੋਈ ਹੈ ਜਿਹੜੀਆਂ ਫਲੱਸ਼ਾਂ ਪਿੰਡਾਂ 'ਚ ਬਣਦੀਆਂ ਨੇ ਉਹ ਖੂਹੀ ਟਾਈਪ ਹੈਗੀਆਂ ਉਹਦੇ ਵਿੱਚ ਵੀ ਇਹਨਾਂ ਨੇ ਸਰੀਏ ਵਗੈਰਾ ਮਾਰ ਕੇ ਦੇਖਿਆ ਪਰ ਉਹਦਾ ਕੁਛ ਪਤਾ ਨਹੀਂ ਲੱਗਾ ਤਾਂ ਅੱਜ ਸਵੇਰੇ ਜਿਹੜੀ ਹੈਗੀ ਆ ਉਹਦੀ ਦੇਖਿਆ ਵੀ ਜਿਹੜੀ ਉਹਦੀ ਲਾਸ਼ ਹੈਗੀ ਆ ਉਹ ਪਾਣੀ ਦੇ ਵਿੱਚ ਖੂਹੀ ਦੇ ਵਿੱਚ ਤੈਰਦੀ ਸੀਗੀ ਤਾਂ ਉਹ ਲਾਸ਼ ਉੱਥੋਂ ਪਹਿਲਾਂ ਉਹਨੇ ਕੱਢੀ ਕੱਢ ਕੇ ਫਿਰ ਉਹਨੇ ਜਿਹੜੀ ਇੱਕ ਮਿੱਟੀ ਸੀ ਘਰ ਦੇ ਵਿੱਚ ਹੀ ਉਹਦੇ ਵਿੱਚ ਦੱਬ ਦਿੱਤੀ ਇਹ ਇੱਥੋਂ ਜਿਹੜੀ ਉਹ ਮਿੱਟੀ ਤਾਜ਼ੀ ਪੁੱਟੀ ਹੋਈ ਸੀਗੀ ਸਵੇਰੇ ਜਦੋਂ ਦੁਬਾਰਾ ਭਾਲ ਕੀਤੀ ਗਈ ਤਾਂ ਉੱਥੋਂ ਉਹਨਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਡੈੱਡ ਬੋਡੀ ਬਾਹਰ ਕੱਢ ਲਈ ਜਿਹਦੇ ਉੱਤੇ ਅਕਿਊਜ਼ ਜਿਹੜੀ ਹੈਗੀ ਹੈ ਸੁਖਪ੍ਰੀਤ ਕੌਰ ਦੇ ਖਿਲਾਫ਼ FIR ਨੰਬਰ 18 ਅੰਡਰ ਸੈਕਸ਼ਨ 302 IPC ਦਰਜ ਕਰ ਲਿਆ ਗਿਆ ਵਜ੍ਹਾ ਰੰਜਿਸ਼ ਇਹਨਾਂ ਇਹਦੀ ਮਾਂ ਦੀ ਅਤੇ ਉਹਦੀ ਆਪਸ ਵਿੱਚ ਨਾ ਬਣਨਾ ਅਤੇ ਇੱਕ ਦੂਜੇ ਨਾਲ ਕਾਫ਼ੀ ਲੜਾਈ ਝਗੜਾ ਰਹਿਣਾ ਉਹਨੂੰ ਸਾਹਮਣੇ ਇਹਨਾਂ ਦੇ ਘਰ ਹੈ 4 ਦੀਵਾਰੀ ਇਹਨਾਂ ਦੀ ਹੈ ਨਹੀਂ ਕੋਈ ਪਰ ਅਸੀਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਅਤੇ ਇਹਦਾ ਸਵੇਰੇ ਪੋਸਟਮਾਰਟਮ ਕਰਾਉਂਗੇ ਬੱਚੇ ਦਾ ਬੱਚੇ ਦੀ ਮਾਂ ਜਿਹੜਾ ਬੱਚੇ ਦੀ ਡੈਥ ਹੋਈ ਆ ਉਹ ਕਤਲ ਹੋਇਆ ਉਸਦੀ ਮਾਂ ਨੇ ਇਹ ਕਿਹਾ ਕਿ ਉਸਦੇ ਜਿਹੜਾ ਕੀ ਹੈ ਭਤੀਜੇ ਦੇ ਨਾਲ ਕੋਈ ਸੰਬੰਧ ਵਗੈਰਾ ਇਸਦੇ ਹੈਗੇ ਸੀ ਉਸ ਤੋਂ ਇਹ ਰੋਕਦੀ ਸੀ ਉਹ ਜਿਹੜੀ ਅਜੇ ਪ੍ਰਾਇਮਰੀ ਪੁੱਛਗਿੱਛ ਕਰਾਂਗੇ ਉਹ ਤੋਂ ਕਲੀਅਰ ਹੋ ਜਾਏਗਾ ਸਾਰਾ ਕਿਉਂਕਿ ਇਸ ਗੱਲ ਜੇ ਜ਼ਿਆਦਾ ਸਮਝ ਨਹੀਂ ਆਈ ਜਿੰਨੇ ਕੁ ਉੱਥੇ ਲੋਕਾਂ ਦੇ ਵਿੱਚ ਜਿਹੜਾ ਪ੍ਰਚਾਰ ਸੀ ਤਾਂ ਉਹੀ ਸੀ ਵੀ ਇਹਨੂੰ ਦੋਵਾਂ ਦੀ ਆਪਸ 'ਚ ਮੰਨਦੀ ਨਹੀਂ ਕਾਫੀ ਇਹਨਾਂ ਦਾ ਲੜਾਈ ਝਗੜਾ ਰਹਿੰਦਾ ਬੱਚੀ ਦਾ ਜੀ ਪੋਸਟਮਾਰਟਮ ਸੰਸਕਾਰ ਹੋ ਗਿਆ ਬੱਚੀ ਦਾ ਸਵੇਰੇ ਪੋਸਟਮਾਰਟਮ ਹੋਏਗਾ ਜੇ ਤਾਂ FIR ਬੰਦ ਕੀਤੀ ਹੈ ਅਕਿਊਜ਼ ਨੂੰ ਅਰੈਸਟ ਕਰ ਲਿਆ ਹੈਗਾ ਉਹਨੇ ਆਪਣੇ ਚੌਂਕੇ ਦੇ ਵਿੱਚ ਇੱਕ ਟੈਂਕੀ ਵਾਲੀ ਜਗ੍ਹਾ ਹੈਗੀ ਹੈ ਜਿੱਥੇ ਮਿੱਟੀ ਪੁੱਟੀ ਹੋਈ ਸੀ ਉੱਥੇ ਹੀ ਉਹਨੂੰ ਦੱਬਿਆ ਹੋਇਆ ਸੀ ਘਰ ਦੇ ਵਿੱਚ ਘਰ ਦੇ ਵਿੱਚ ਠੀਕ ਸਰ